ਗੱਲ ਦੋਸਤੋ, ਮੈਂ ਤੁਹਾਡਾ ਆਪਣਾ ਛੋਟਾ ਵੀਰ ਦਿਲਸ਼ਾਦ ਹੀ ਸੀ। ਆਪਾਂ ਪਹੁੰਚ ਗਏ ਹੁਣ ਇੰਡੀਆ ਦੇ ਸੀਜ਼ਨ ਦੇ ਵਿੱਚ। ਇੰਡੀਆ ਦੇ ਕਬੱਡੀ ਕੱਪਾਂ ਦੀ ਹੁਣ ਸ਼ੁਰੂਆਤ ਹੋ ਚੁੱਕੀ ਆ ਅਤੇ ਆਪਣਾ ਅੱਜ ਪਹਿਲਾ ਕਬੱਡੀ ਕੱਪ ਆ ਪਿੰਡ ਜਲਾਲਪੁਰ, ਜ਼ਿਲ੍ਹਾ ਨਵਾਂਸ਼ਹਿਰ, ਤਹਿਸੀਲ ਬਲਾਚੌਰ ਦੇ ਵਿੱਚ। ਆਪਾਂ ਰੈਡੀ ਹਾਂ ਅੱਜ ਦੇ ਕਬੱਡੀ ਕੱਪ ਦੇ ਲਈ। ਵਲੌਗ ਜਿਹੜਾ ਸ਼ੁਰੂ ਹੋ ਚੁੱਕਿਆ, ਇੰਡੀਆ ਦਾ ਪਹਿਲਾ ਵਲੌਗ ਆਪਾਂ ਪਾਉਣ ਲੱਗੇ ਅੱਜ। ਸਾਰੇ ਭਰਾ ਪਿਆ ਇੱਦਾਂ ਪਿਆਰ ਦਿਓ ਜਿਵੇਂ ਪਿਛਲੇ ਵਲੌਗਾਂ ਨੂੰ ਦਿੱਤਾ। ਥੈਂਕ ਯੂ। ਘਰ ਕਹਿੰਦਾ ਆਪਣੀ ਗੱਡੀ ਰੈਡੀ ਆ, ਬਸ ਆਪਾਂ ਚੱਲਾਂਗੇ ਅੱਜ ਫਿਰ ਬਲਾਚੌਰ। ਉੱਧਰੋਂ ਆਪਾਂ ਪਹੁੰਚ ਗਿਆ ਸ਼ਹਿਰ ਖੰਨੇ ਦੇ ਵਿੱਚ। ਇਹ ਚਿੱਠੀ ਖਾਨੇ ਤੋਂ ਦਵਿੰਦਰਾ ਵਰੰਗ ਆਊਗੀ, ਰੱਖ ਸਾਂਭ ਕੇ ਜਵਾਨੀ ਤੇਰੇ ਕੰਮ ਆਊਗੀ। ਇਹ ਖੰਨੇ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਪਹੁੰਚ ਗਿਆ ਹੁਣ। ਵਾਹ ਕਿਆ ਬਾਤ ਆ ਬਈ ਜੱਟਾ, ਕਿਆ ਬਾਤ ਆ। ਇੰਗਲੈਂਡ ਤੋਂ ਬਾਅਦ ਇੰਡੀਆ ਦੇ ਵਿੱਚ ਫੇਰ ਇਕੱਠੇ ਹੋ ਗਏ ਜੈਂਗੋ, ਕਿਵੇਂ ਫਿਰ? ਐਨ ਬੱਲੇ ਬੱਲੇ ਆ, ਲੈ ਵੀ ਇਸ਼ਤੀ ਅੱਜ ਉਹ ਮੇਲਾ, ਜਿਹੜੇ ਮੇਲੇ ਤੇ ਜਦੋਂ ਆਪਾਂ ਮੇਲਾ ਬੋਲੇ ਤੇ ਪਲੇਅਰ ਵੀ ਚੋਟੀ ਦੇ ਖੇਡੇ ਤੇ ਹੱਲਾ ਗੁੱਲਾ ਵੀ ਬਹੁਤ ਹੋਇਆ ਬਾਬੇ ਨਾਨਕ ਦੀ ਕਿਰਪਾ ਨਾਲ। ਤੇ ਆਪਾਂ ਇੰਗਲੈਂਡ ਤੋਂ ਬਾਅਦ, ਤੂੰ ਕੈਨੇਡਾ ਤੋਂ ਬਾਅਦ, ਇੰਗਲੈਂਡ ਤੋਂ ਬਾਅਦ ਇਹ ਮੇਲੇ ਤੇ ਅੱਜ ਫੇਰ ਇਕੱਠੇ ਹੋ ਰਹੇ ਤੇ ਅੱਜ ਔਰ ਕੱਲ ਆਲੇ ਨੈੱਟ ਤੇ ਪੂਰਾ ਹੱਲਾ ਗੁੱਲਾ ਹੋਣਾ ਜਲਾਲਪੁਰ ਦੇ ਮੇਲੇ ਤੇ। ਸਾਰੇ ਭਰਾ ਜੈਂਗੋ ਦਾ ਨਵਾਂ ਗਾਣਾ ਵੀ ਆ ਗਿਆ, ਪੱਕਾ ਠੇਕਾ ਜੀ, ਪੱਕਾ ਠੇਕਾ, ਉਹ ਵੀ ਸਾਰੇ ਭਰਾ ਸੁਣਿਓ। ਉਹਦਾ ਲਿੰਕ ਮੈਂ ਤੁਹਾਨੂੰ ਦੇ ਦੂੰਗਾ ਯੂਟਿਊਬ ਚੈਨਲ ਤੇ, ਉਹ ਵੀ ਸੁਣਿਓ ਸਾਰੇ ਭਰਾ ਜਣੇ। ਇੰਸਟਾਗ੍ਰਾਮ ਤੇ ਅਕਾਊਂਟ ਤੇ ਆਪਣਾ ਇਹ ਗਾਣਾ ਜਿਹੜਾ ਪੱਕਾ ਠੇਕਾ ਗਿਆ ਵੀਰੇ, ਵੱਧ ਤੋਂ ਵੱਧ ਰੀਲਾਂ ਬਣਾਓ, ਲਵ ਯੂ ਆਲ ਮਾਈ ਬ੍ਰਦਰ। ਮੇਲਾ ਸ਼ੁਰੂ ਹੋ ਚੁੱਕਿਆ ਬਹੁਤ ਟਾਈਮ ਦਾ ਤੇ ਆਪਾਂ ਪਹੁੰਚ ਚੁੱਕੇ ਆ। ਉੱਪਰ ਦੇ ਮੈਚ ਹੋਣਗੇ, ਦੁਨੀਆਂ ਦੇ ਸੁਪਰ ਸਟਾਰ ਖਿਡਾਰੀ ਇਹ ਗਰਾਊਂਡ ਦੇ ਵਿੱਚ ਭਿੜਨਗੇ। ਰੌਣਕਾਂ ਲੱਗ ਚੁੱਕੀਆਂ, ਦਰਸ਼ਕ ਵੀਰ ਪੁੱਜਣੇ ਸ਼ੁਰੂ ਹੋ ਗਏ, ਆਪਾਂ ਵੀ ਪਹੁੰਚ ਗਿਆ, ਜੁੜੇ ਰਹੋ। ਐ ਵੀ ਮਤਰੋ ਮਿਲ ਗਿਆ ਆਪਾਂ ਨੂੰ, ਕੀ ਨਾਮ ਤੇਰਾ ਦੱਸ ਦੇ? ਅਮਰਤ। ਮੈਂ ਨਾ ਮੈਂ ਦੱਸਣਾ ਯਾਰ ਦਿੰਦੇ ਯਾਰ ਦੱਸ। ਮੈਨੂੰ ਤਾਂ ਭੂੰਡੀ ਪਤਾ, ਤੂੰ ਅੰਮ੍ਰਿਤ ਕਹੀਏ ਨਾ, ਅੰਮ੍ਰਿਤ ਭੂੰਡੀ ਮਾਧੋਪੁਰੀ ਆ ਆਪਣਾ, ਅੰਮ੍ਰਿਤ ਮਾਧੋਪੁਰੀ ਆ। ਤੇ ਖਾਦਾ ਆਪਾਂ ਕੀ ਖਾਦਾ? ਚੰਗਲਾ ਭਾਈ ਨੂੰ ਖਾਂਦਾ ਨੀ, ਮੈਂ ਕਿਹਾ ਇੱਚੀ ਦਾ ਬਰਕਤ ਆ ਕੋਲਚੇ ਚ, ਕੋਲਚਿਆਂ ਚ ਬਰਕਤ। ਕਿਆ ਬਾਤ ਆ, ਜਲਾਲਪੁਰ ਦੀ ਧਰਤੀ ਸਿਰਾ ਹੋਇਆ ਪਿਆ। ਸੋਹਣ ਕਿਵੇਂ? ਸੋਹਣ ਠੀਕ ਆ? ਚਾਚਾ ਖਾਤ ਬੜਾ ਕੜਾ, ਇੱਧਰ ਨੂੰ ਕਰੀ ਸਿਰ ਜਾ। ਇਹ ਚਾਚਾ ਕਿਵੇਂ ਆ? ਵਧੀਆ ਵੀਰ, ਤੂੰ ਕਿਹੜਾ ਕਰਦਾ? ਵਧੀਆ। ਹੋਰ ਫਿਰ? ਕੈਨੇਡਾ ਨੀ ਜਾ ਰਹੇ ਆ? ਵਧੀਆ ਵਾ, ਮੁੜਿਆ ਹੁਣ ਕੈਨੇਡਾ। ਚੱਲ ਕੋਈ ਨੀ, ਮਿਲਦੇ ਆ। ਓਕੇ ਸਰ, ਓਕੇ। ਬੁੱਧਵਾਰ ਜੀ ਕਿਵੇਂ ਆ? ਠੀਕ ਆ? ਚੱਲ ਠੀਕ ਆ, ਲੈ ਬਣਾ। ਕਿਵੇਂ ਕਾਂਗਾ? ਠੀਕ ਆ? ਕਿਹਦੇ ਵੱਲੋਂ? ਭਰਾ ਬਹੁਤ ਦਿਨਾਂ ਬਾਅਦ ਅੱਜ ਖੇਡ ਲੱਗਿਆ ਮੈਚ, ਸਾਡੇ ਤੋਂ ਬਾਅਦ ਬਾਬਾ ਭਲੀ ਕਰੇ। ਕੈਨੇਡਾ ਖੇਡ ਕੇ ਤਾਂ ਆਇਆ ਯਾਰ, ਵਾਈਟ ਨੀਕਰ ਤੋਂ ਪਤਾ ਲੱਗ ਗਿਆ ਨਾ, ਵਾਈਟ ਨੀਕਰ ਦੇਖ ਕੈਨੇਡਾ ਦੀ ਆਈਡੀ ਚੈੱਕ ਲੋ। ਨਾੜ ਗਿਆ ਹੈ, ਕਿਆ ਬਾਤ ਹੈ। ਨਹੀਂ ਕੌਣ ਕਿਸੇ ਪਿੱਛੇ ਛੱਡਦਾ, ਇਹ ਤਾਂ ਭਰਾਵਾਂ ਦਾ ਸਟੈਂਡ ਹੀ ਹੁੰਦਾ।
ਕਹਿੰਦਾ ਜਿੱਥੇ ਲੈ ਲਈ ਸਟੈਂਡ ਪਿੱਛੇ ਆਟ ਨਹੀਂ ਹੁੰਦਾ ਆਪਣੇ ਪਿੰਡ ਝੋਟਾ ਇਹ ਆਪ ਨਾ ਅੱਠ ਗਿਆਰਾਂ ਧੱਕੀ ਫਿਰਦਾ ਹੈ ਪਲੇਅਰ ਤਾਂ ਨਾਟ ਕਰੇ ਸਾਡਾ ਕੋਚ ਜੀ ਦੂਜਾ ਸਪਲੈਂਡਰ ਕੋਚ ਸਾਹਿਬ ਕਿੱਥੇ ਆ ਕੋਚ ਸਾਹਿਬ ਆ ਮਾੜਾ ਇੱਧਰ ਕੋਚ ਦਾ ਕਹਿੰਦੇ ਪਲਸਰ ਦੀ ਟੈਂਕੀ ਵਰਗਾ ਢਿੱਡ ਹੋ ਜਾਂਦਾ ਇੱਧਰ ਆ ਗਏ ਕੋਚ ਸਾਹਿਬ ਦੱਸਣਾ ਵੀ ਕਹਿੰਦੇ ਪਲੇਅਰ ਤਾਂ ਸਾਡੇ ਨਾੜ ਗਿਆ ਸਾਡਾ ਕੋਚ ਜੀ ਸਪਲੈਂਡਰ ਆ ਭਰਾਵਾ ਹੁਣ 85,000 ਦਾ ਪੈਸਾ ਸਪਲੈਂਡਰ ਵੀ ਉਲਟ ਕਰਦੀਏ ਚਿਰਾਗ ਕਿਵੇਂ ਫਿਰ ਵਧੀਆ ਠੀਕ ਆ ਤੁਸੀਂ ਦੱਸੋ ਜੀ ਠੀਕ ਆ ਹਾਂਜੀ ਕਹਿੰਦੇ ਚਿਰਾਗ ਹੋਈ ਪਈ ਆ ਬਿਊਟੀ ਦੱਸ ਤੂੰ ਦੱਸ ਇਹਦੇ ਬਾਰੇ ਬਿਊਟੀ ਬਾਰੇ ਮੇਰੇ ਕੋਲ ਬਾਲੇ ਰਾਜ ਆ ਇਹਦੇ ਹਾਂ ਮੈਂ ਦੱਸ ਨਹੀਂ ਸਕਦਾ ਪਰ ਇਦਾਂ ਨਹੀਂ ਦੱਸ ਸਕਦਾ ਇੱਦਾਂ ਥੋੜਾ ਦੱਸ ਸਕਦਾ ਉਦਾਂ ਦੱਸ ਸਕਦਾ ਸੋਸ਼ਲ ਮੀਡੀਆ ਫੇਰ ਲਵਲੀ ਇਹ ਨਹੀਂ ਬੈਨ ਕਰਾਈ ਜਾਵੇ ਫੇਰ ਲਵਲੀ ਫੇਰ ਵੀ ਉਹ ਸੱਚੀ ਬੰਦ ਹੋ ਗਈ ਗੱਗੀ ਲਾਲ ਬਾਈ ਦੱਸ ਸਕਦਾ ਗੱਗੀ ਸੱਚੀ ਹੋ ਗਈ ਬੰਦ ਉਹਦਾ ਬਾਬਾ ਐਨ ਕੱਥੇ ਲਾ ਕੇ ਹੁੰਦਾ ਮੱਥੇ ਦੇ ਕਿੱਥੇ ਉਲਟ ਸੀਗਾ ਕਿਸੇ ਨੇ ਇਹਦੀ ਚੈੱਕ ਕੀਤੀ ਇਹਦੇ ਵਾਲੀ ਸੀਗਾ ਮੈਨੂੰ ਲੱਭੂ ਨੇ ਵੀ ਅੱਗੇ ਦੱਸਿਆ ਗਾ ਉੱਥੇ ਕੈਨੇਡਾ ਇਕੱਠੇ ਰਿਹਾ ਮੈਂ ਲੱਭੂ ਕਹਿੰਦਾ ਉਹ ਬੜੇ ਫੇਸ ਬਹੁਤ ਜੂਈ ਕਿਤੇ ਯਾਰ ਗੱਲ ਹੀ ਨੀ ਬਣੀ ਕਹਿੰਦਾ ਭਾਰੀ ਬੜੇ ਬਬਲੂ ਸਾਂਦਰੇ ਵਾਲੇ ਨੂੰ ਫੋਨ ਕੀਤੇ ਕਿ ਡਾਕਟਰ ਜਿੱਤੇ ਜਾਣ ਅਸੀਂ ਨਹਾਉਣ ਚ ਲੱਗੇ ਗੁਰਵਿੰਦਰ ਨੇ ਖੋਲਿਆ ਲਫਾਫਾ ਵਿੱਚ ਸ਼ੈਂਪੂ ਨਾਲ ਉਹ ਪੂਚਾ ਜਿਹਾ ਜਿਹੜਾ ਹੁੰਦਾ ਉਹ ਮੱਲਣਾ ਪਿਆ ਮੈਂ ਵਹਿਣਾ ਰਿਹਾ ਮੈਂ ਕਿਹਾ ਕੀ ਚੱਕਰ ਕਹਿੰਦਾ ਸਾਲਿਆ 10 ਦਿਨ ਤੇ ਨਹੀਂ ਆਉਣਾ ਸਿਆਲਾਂ ਚ ਕਿਹੜਾ ਨਹਾਈਦਾ ਸਿਆਲਾਂ ਚ ਕਿਹੜਾ ਨਹਾਈਦਾ ਉਹ ਨਹੀਂ ਰਾਤ ਨੂੰ ਨਹੀਂ ਨਹਾਤਾ ਜਾਂਦਾ ਮੈਂ ਇਸ ਤੋਂ ਬਾਅਦ ਸਿਆਲਾਂ ਚ ਉਹੀ ਗੱਲ ਕਰਦਾ ਚੱਲ ਬਣ ਗਿਆ ਲਾਲ ਟੋਪੀ ਦਾ ਰਾਜ ਗਿਆ ਬ੍ਰਾਂਡਡ ਆ ਗਈ
ਕਿਹੜਾ ਬ੍ਰਾਂਡ? ਮਹਿੰਗਾ ਬ੍ਰਾਂਡ ਅੰਡਰ ਆਰਮਰ ਹੈ। ਹੋਰ ਫਿਰ ਸੈੱਟ ਪੁੱਛਣਾ ਕੁਛ ਮੈਨੂੰ? ਦੱਸ ਕੁਛ ਕੀ, ਦੱਸ ਕੋਈ ਜ਼ਿੰਦਗੀ ਦਾ ਤਜਰਬਾ। ਤਜਰਬੇ ਤਾਂ ਬਹੁਤ ਜ਼ਿਆਦਾ ਆ ਬਾਈ, ਤਜਰਬੇ ਹਾਂ। ਕਬੱਡੀ ਆ ਜਰਾ ਕਬੱਡੀ ਦਿਖਾ ਲੋਕਾਂ ਨੂੰ, ਘੱਟ ਬਹੁਤ ਯਾਰ ਧੂੜ ਵਾਲਾ ਕਿਵੇਂ ਆ ਮਨੀ? ਧੂੜ ਦੀ ਮਿਲ ਬਸ ਹੋ ਗਈ, ਗਰਾਊਂਡ ਜਾ ਬੈਠਾ ਚੌਲ ਬਣੇ ਨੀ, ਮੈਂ ਕੋਈ ਨਾ ਖੜ ਜਾ ਰਹੇ। 26-27 ਨਵੰਬਰ 1,00,000 ਤੇ ਲੱਖ ਭੋਲਾ ਧਨੌਰੀਆ ਦੇ ਮੇਲੇ ਦਾ, ਜਲਾਲਪੁਰ ਦੇ ਮੇਲੇ ਦਾ, ਮੋਟੂ ਸਿੰਘ ਦਾ ਜੇਤੂ ਬਣੀਆਂ ਮੁਬਾਰਕਬਾਦ ਇਸ ਖਿਡਾਰੀ ਨੂੰ। ਵੈਦ ਜਾਫੀ 5 ਤੱਤੇ 2 ਜਫੇ ਕੋਟਲੀ ਵਾਲੇ ਜੀਤਦੇ ਨੇ ਗੁੱਟੇ। ਮੈਂ ਕਿਹਾ ਸੀ ਮੋਟਰਸਾਈਕਲਾਂ ਦੇ ਕਰਕੇ ਉਹ ਜੈ ਪਿਆ, ਕੋਟਲੀਆਂ ਜੀਤਣ ਦੇ ਮੇਲੇ ਦਾ।